ਦੀ ਪੁਰਾਣੀ ਸਰਕਾਰ 2014 ਕੋਲ ਪਹਿਲੇ ਦੇ ਜਿਹੜੇ ਪੋਲੀਟੀਕਲ ਲੀਡਰ ਰਾਜਨੀਤਿਕ ਲੋਕ ਉਹਦੀ ਵਜ੍ਹਾ ਨਾਲ ਸਾਰੇ ਲੋਕਾਂ ਤੇ ਡਵਲਟ ਵੱਜਾ ਕਰਦੀ ਅੱਜ ਅਗਰ ਤੁਸੀਂ ਡੋਮਿਸਾਈਲ ਬਣਵਾਉਣਾ ਸਟੇਟ ਸਾਈਡ ਨਹੀਂ ਹੈ ਮੰਨਿਆ ਮੇਰੀ ਇਹ ਗੱਲ ਤਹਿਸੀਲਦਾਰ ਖਨੂਰ ਕੰਨੇ ਵੀ ਹੋਈ ਸੀ ਕਿ ਇੱਕ ਥਰਡ ਡੋਰ ਓਪਨ ਆਫ ਦਾ ਕਰਪਸ਼ਨ ਇਨ ਦਿਸ ਮੈਟਰ ਪੁੱਤਰ ਨੂੰ ਨੌਕਰੀ ਕਰ ਰਹੇ ਉਹਨਾਂ ਨੇ ਬੁੱਢੀ ਬੁੱਢੇ ਕੁੱਲਾ ਪਾ ਜਾਂਦੇ ਉਹ ਮਕਾਨਾਂ ਦੇ ਪੈਸੇ ਖਾਈ ਜਾਂਦੇ ਉਹ ਪੈਨਸ਼ਨਾਂ ਵੀ ਲਵਾਈ ਲੈਂਦੇ ਉਹ ਕਿਉਂ ਲਵਾਉਂਦੇ ਉਹਦੀ ਵੈਰੀਫਿਕੇਸ਼ਨ ਦੇ ਸਰਕਾਰ ਦਾ ਕੰਮ ਇਹਨਾਂ ਕਰਨਾ ਵੀ ਸਾਡੇ ਹੈਂਡੀਕੈਪ ਲੋਕੀ ਕਿਉਂ ਵਿੱਚ ਇਹਦੇ ਵਿੱਚ ਚੱਕੀ ਕੀ ਹੈ ਜੰਮੂ ਪਰਿਵਰਤਨ ਦੇਖਣ ਵਾਲੇ ਸਾਰੇ ਦਰਸ਼ਕਾਂ ਦੀ ਰਾਮ ਰਾਮ ਤੇ ਮੈਂ ਤੁਹਾਡਾ ਆਪਣਾ ਪ੍ਰਾਪਰੀ ਸ਼ਿਵ ਵਿਰਾਜ ਇਹ ਸਾਰੇ ਲੋਕਾਂ ਸਾਡੇ ਅੱਗੇ ਇੱਕ ਪਰੇਸ਼ਾਨੀ ਰੱਖੀ ਔਰ ਅੱਜ ਉਸ ਪਰੇਸ਼ਾਨੀ ਲਈ ਸਾਡੇ ਵਿੱਚ ਇੱਕ ਵਾਰੀ ਫੇਰ ਅਖਨੂਰ ਦੀ ਬੁਲੰਦ ਆਵਾਜ਼ ਸੁਸ਼ੀਲ ਸ਼ਰਮਾ ਦਿਵਿਆਂਗ ਸੰਸਥਾ ਜੰਮੂ ਕਸ਼ਮੀਰ ਦੇ ਚੇਅਰਮੈਨ ਸੁਸ਼ੀਲ ਜੀ ਇੱਕ ਪਰੇਸ਼ਾਨੀ ਲੋਕਾਂ ਦੀ ਬੜੀ ਆ ਬਾਈ ਲੋਕ ਵਾਰ ਵਾਰ ਸਾਨੂੰ ਗੱਲ ਕਰਦੇ ਨੇ ਕਿ ਭਾਈ ਸਾਡੀ ਪੈਨਸ਼ਨਾਂ ਨਹੀਂ ਬੜੇ ਚਿਰੇ ਦੀਆਂ ਆਉਂਦੀਆਂ ਉਹਦੇ ਤਾਂ ਅੱਜ ਲੋਕ ਦਰਬਦਰ ਹੋ ਆਉਂਦੇ ਨੇ ਕੀ ਆਖਣਾ ਚਾਹੁੰਦੇ ਤੋਂ ਇੱਕ ਦਿਵਿਆਂਗ ਸੰਸਥਾ ਦੇ ਚੇਅਰਮੈਨ ਹੋ ਤੁਹਾਡਾ ਵੀ ਇੱਕ ਦਾਇਤਵ ਬਣਦਾ ਕੀ ਆਖੀ ਦੋ ਨਮਸਕਾਰ ਸ਼ਿਵ ਜੀ ਸ਼ੁਕਰੀਆ ਤੁਹਾਡਾ ਕਿ ਜਿਹੜੇ ਤੋਂ ਸਾਡੀ ਆਵਾਜ਼ ਸਾਨਾ ਬਸਾਨਾ ਟਾਈਮ ਟੂ ਟਾਈਮ ਬੁਲੰਦ ਕਰਦੇ ਹੋ ਮੈਂ ਤੁਹਾਡੇ ਸਵਾਲ ਦਾ ਜਵਾਬ ਇਹ ਦੇਣ ਕਿ ਕੋਈ 8-10 ਮਹੀਨੇ ਪਹਿਲਾਂ ਇੱਕ ਆਰਡਰ ਨਿਕਲਿਆ ਹੈ ਆਰਡਰ ਨੰਬਰ 156 ਸਾਡੀ ਕਮਿਸ਼ਨ ਸੈਕਟਰੀ ਸ਼ੀਤਲ ਨੰਦਾ ਉਹਦੇ ਕੱਢਿਆ ਹੈ ਕਿ ਜਿਹੜੀਆਂ ਨਵੀਆਂ ਪੈਨਸ਼ਨਾਂ ਲੱਗਣੀਆਂ ਨੇ ਉਹ ਆਨਲਾਈਨ ਹੋਣੀਆਂ ਹਨ ਜਿਹਦੇ ਵਿੱਚ ਡੋਮੀਸਾਈਲ ਲੱਗਣਾ ਜਾਂ ਵੋਟਰ ਕਾਰਡ ਲੱਗਣਾ ਜਾਂ ਆਧਾਰ ਸ਼ੀਟਿੰਗ ਜੋ ਵੀ ਹੈ ਅਤੇ ਅਸੀਂ ਉਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਆਈ ਉਹਦੇ ਥੋੜ੍ਹੇ ਦਿਨੇ ਬਾਅਦ ਗਿਆ ਉਹਨੇ ਇੱਕ ਹੋਰ ਪਰਚੀ ਇਹਦੇ ਵਿੱਚ ਜੋੜੀ ਰਿਹਾ ਕਿ ਜਿਹੜੇ ਲੋਕ ਅਸ ਲੋਕ ਜਿਹੜੇ ਪਹਿਲੇ ਪੈਨਸ਼ਨਾਂ ਲੈ ਰਹੇ ਆ ਉਹਨੇ ਵੀ ਉਹ ਆਨਲਾਈਨ ਕਰਵਾਉਣੇ ਪਾਉਣੇ ਜਿਹਦੇ ਵਿੱਚ ਕਿ ਸਾਡੇ ਲੋਕਾਂ ਦੀ ਬੜੀਆਂ ਦਿੱਕਤਾਂ ਆਈਆਂ ਔਰ ਅਲੱਗ ਕਰਾਵਾ ਦੀਆਂ ਨੇ ਕਿਉਂਕਿ ਡੋਮੀਸਾਈਲ ਉਹਦੇ ਜ਼ਰੂਰੀ ਕਰੀ ਉਹਦਾ ਜਿਹਦਾ ਸਟੇਟ ਸਾਈਡ ਨਹੀਂ ਉਹਦਾ ਡੋਮੀਸਾਈਲ ਕਿੰਝ ਬਣਨਾ ਉਹਦੇ ਕੰਨੇ ਇੱਕ ਐਫੀਡੈਵਿਟ ਕਰੀ ਉਹਦਾ ਜੱਜ ਦਾ ਜਾਂ ਤਹਿਸੀਲਦਾਰ ਦਾ ਉੱਥੇ ਲੋਕਾਂ ਨੇ ਲੈਣਾ ਲੱਗੀ ਦੀਆਂ ਉਹਦੇ ਕੰਨੇ ਇੱਕ ਏਜ ਪਰੂਫ ਦਾ ਬੜਾ ਵੱਡਾ ਪੇਜ ਫਸਾਈ ਉਹਦਾ ਕਿ ਏਜ ਪਰੂਫ ਦਿਓ ਜੀ ਮੈਂ ਸਰਕਾਰ ਕੀ ਪੁੱਛਣਾ ਚਾਹੁੰਦਾ ਆਪਣੇ ਐਲ ਜੀ ਸਾਹਿਬ ਕੀ ਪੁੱਛਣਾ ਚਾਹੁੰਦਾ ਜਾਂ ਆਪਣੇ ਚੀਫ ਸੈਕਟਰੀ ਨੇ ਸਾਡੇ ਕਮਿਸ਼ਨ ਸੈਕਟਰੀ ਮੈਡਮ ਹੈ ਕਿ ਠੀਕ ਹੈ ਤੁਸੀਂ ਇੱਕ ਬੋਰਡ ਮੁਨਕਦ ਕੀਤੇ ਦਾ ਵੀ 4 ਡਾਕਟਰ ਉਹਦੇ ਸਟੈਂਪ ਲੰਘਣ ਅਤੇ ਤੁਹਾਡੀ ਏਜ ਟੈਸਟ ਕਰੀ ਆ ਉਹ ਦੇਣਗੇ ਜੀ ਏਜ ਪਰੂਫ ਸਰ ਜੀ ਮੈਂ ਤੁਹਾਡੇ ਚੈਨਲ ਕੰਨੇ ਇੱਕ ਸੱਚਾਈ ਪੇਸ਼ ਕਰ ਲਵਾਂਗਾ ਕਿ ਤੁਸ ਅੱਜ ਜਿਹੜਾ ਵੀ ਬੰਦਾ ਬੈਨੀਫਿਸ਼ਰੀ ਹੈ ਮੈਂ ਆ ਮੇਰਾ ਫਾਰਮ ਲਈ ਤੁਸ ਜਾਓ ਬੋਰਡ ਦਾ ਕੀ ਮਤਲਬ ਹੁੰਦਾ ਕਿ ਡੈਂਟਲ ਵਾਲਾ ਵੀ ਦੰਦ ਚੈੱਕ ਕਰੀਏ ਦਿਖਦਾ ਅਤੇ ਸਕਿਨ ਫਿਜੀਸ਼ੀਅਨ ਵੀ ਦਿਖਦਾ ਅਤੇ ਹੱਡੀਆਂ ਵਾਲਾ ਵੀ ਦਿਖਦਾ ਉਹਦੇ ਵੱਲ ਪਤਾ ਲੱਗਦਾ ਉਮਰ ਕਿੰਨੀ ਹੈ ਔਰ ਉਹ 45 ਸਾਲਿਆਂ ਵਾਲਾ ਵੀ 55 ਦਾ ਬਣਿਆ ਜੇਕਰ ਤੂੰ 55 ਦਾ ਲਿਖੀ ਗਿਆ ਤਾਂ ਉਹ ਟਿੱਕ ਮਾਰ ਕਰੀਏ ਅਤੇ ਮੋਹਰਾਂ ਲਾਈ ਦੇ ਆ ਕੋਈ ਫਾਇਦਾ ਤਾਂ ਨਹੀਂ ਬੋਰਡ ਦਾ ਇਹਦੇ ਕੰਨੇ ਗਏ ਅਗਰ ਤੁਸੀਂ ਡੋਮੀਸਾਈਲ ਬਣਵਾਉਣਾ ਸਟੇਟ ਸਾਈਡ ਨਹੀਂ ਹੈ ਮੰਨਿਆ ਮੇਰੀ ਇਹ ਗੱਲ ਤਹਿਸੀਲਦਾਰ ਖਨੂਰ ਕੰਨੇ ਵੀ ਹੋਈ ਸੀ ਕਿ ਇੱਕ ਥਰਡ ਡੋਰ ਓਪਨ ਆਫ ਦਾ ਕਰਪਸ਼ਨ ਇਨ ਦਿਸ ਮੈਟਰ ਕਿ ਅਗਰ ਕਿਸੇ ਨੇ ਵੋਟ ਲਿਸਟਾਂ ਕਢਾਉਣੀਆਂ ਨੇ ਡੋਮੀਸਾਈਲ ਰਾਹੀਂ ਤਾਂ ਉਹ 200 ਰੁਪਏ ਡਿਮਾਂਡ ਹੋ ਜਾਂਦੀ ਉੱਥੇ 200 ਰੁਪਏ ਦਿਓ ਜੀ ਜੱਜ ਕੋਲ ਐਫੀਡੈਵਿਟ ਬਣਵਾਉਣ ਜਾਂਦੇ ਨੇ ਸਾਡੇ ਲੋਕ ਗਰੀਬ ਲੋਕ ਨੇ ਜਿਹੜੇ 1000 ਰੁਪਏ ਪੈਨਸ਼ਨ ਲੈ ਲਓ ਗਰੀਬ ਗਾਣ ਮੈਂ ਨਹੀਂ ਉਹਨੇ ਅਮੀਰ ਆਖਦਾ ਕਿਉਂਕਿ 1000 ਰੁਪਏ ਵਾਸਤੇ ਜਿਹੜੇ ਦਰ ਬਦਰ ਉਹ ਆ ਜਾਣ ਤੁਸੀਂ ਆਪੇ ਆਖਿਆ ਉਹ 50 ਰੁਪਏ ਦਾ ਐਫੀਡੈਵਿਟ ਬਣਦਾ ਉੱਥੇ 300 ਰੁਪਏ ਦੇ ਆ ਦੇਣ ਲੈ ਦੇਣ ਉਹ ਉਹਦੇ ਏਜੰਟ ਲੈ ਦੇਣ ਜਾਂ ਜੋ ਵੀ ਹੈ ਮੀ ਇਸ ਗੱਲਾਂ ਕੋਈ ਪਤਾ ਨਹੀਂ 250 ਰੁਪਏ ਵੀ ਜ਼ਿਆਦਾ ਸਾਰਾ ਉਹਦੇ ਕੰਨੇ ਤੁਸੀਂ ਇਹ ਗੱਲ ਆਖੀ ਕਿ ਸਾਡੇ ਲੋਕ ਦਰ ਬਦਰ ਉਹ ਆ ਜਾਣ ਮੈਂ ਸਰਕਾਰ ਅੱਗੇ ਇਹ ਇਲਤਜਾ ਕਰਨਾ ਕਿ ਅਗਰ ਇੰਨੀ ਤੁਸੀਂ ਉਹ ਆਵਾਜ਼ੀ ਡਿਫੀਕਲਟੀ ਸਾਡੇ ਲੋਕਾਂ ਦੀ ਪੈਨਸ਼ਨ ਦੇਣ ਦੀ ਜਿਹੜੀ ਕਿ ਫਰਵਰੀ ਮਹੀਨੇ ਬਾਅਦ ਤੁਸੀਂ ਲਾਗੂ ਇਸ਼ੂ ਨਹੀਂ ਕੀਤੀ ਹੈ ਅਤੇ ਕਿਉਂ ਨਹੀਂ ਤੁਸੀਂ ਆਪਣੀਆਂ ਏਜੰਸੀਆਂ ਕੋਲ ਜਾਂਚ ਕਰਵਾਉਂਦੇ ਤੁਹਾਡੀਆਂ ਏਜੰਸੀਆਂ ਬੜੀਆਂ ਨੇ ਕੰਮ ਕਰਾਉਂਦੀਆਂ ਡਿਊਟੀ ਬਣਨ ਕੋਲ ਪਹਿਲਾਂ ਇੱਥੇ ਅਸੀਂ 4 ਕੇ ਡਿਪਾਰਟਮੈਂਟ ਸੁਣੇ ਦੇ CID CBI ਅਤੇ ਵਿਜੀਲੈਂਸ ਦੇ ਕੋਈ ਹੋਰ ਹੁੰਦੀ ਹੈ ਇੱਕ ਪੁਲਿਸ ਦੀ ਹੈ ਅੱਜ ਦੀ ਡੇਟ ਵੀ 50 ਏਜੰਸੀਆਂ ਕੰਮ ਕਰਾਉਂਦੀਆਂ ਦੁਨੀਆ ਤੁਸੀਂ ਲਾਓ ਨਾ ਕੋਈ ਏਜੰਸੀ ਕੰਮ ਕਰਨੇ ਨਹੀਂ ਦੇਖੋ ਮੈਂ ਗਰਾਊਂਡ 'ਚ ਰਹਿੰਦਾ ਮੇਰੀ ਨਜ਼ਰ 'ਚ ਐਸੇ ਐਸੇ ਕੇਸ ਆਵਾ ਦੇ ਨੇ ਕਿ ਉਹਦੀ ਵਜ੍ਹਾ ਨਾਲ ਅਸੀਂ ਲੋਕ ਵੀ ਖੱਜਲ ਹੋ ਜਾਂ ਸੁਸ਼ੀਲ ਜੀ ਇੱਕ ਮਿੰਟ ਰੋਗਾ ਇੱਕ ਗੱਲ ਦੇਖਣੇ ਲੱਭੀ ਹੈ ਕਿ ਮਤੇ ਸਾਰੇ ਲੋਕ ਨੇ ਜਿਹੜੇ ਓਲਡ ਏਜ ਪੈਨਸ਼ਨ ਲੈ ਦੇ ਮਗਰ ਉਹ ਹੈ ਹੀ ਨਹੀਂ ਓਲਡ ਹੈ ਹੀ ਨਹੀਂ ਕਈ ਐਸੇ ਨੇ ਜਿਹੜੇ ਹੈਂਡੀਕੈਪਡ ਪੈਨਸ਼ਨਾਂ ਲੈ ਦੇਣ ਮਗਰ ਉਹ ਪਿਓਰ ਤਰੀਕੇ ਨਾਲ ਹੈਂਡੀਕੈਪ ਹੈ ਹੀ ਨਹੀਂ ਮੈਂ ਤੁਹਾਡੀ ਗੱਲ ਅਗਰ ਗੱਲ ਇਹ ਹੈ ਕਿ ਅਗਰ ਉਹਦੇ ਹੈਂਡੀਕੈਪਡ ਲੋਕਾਂ ਦਾ ਹੈਂਡੀਕੈਪਡ ਸਰਟੀਫਿਕੇਟ ਬਣਿਆ UDID ਕਾਰਡ ਬਣਿਆ ਉਹ ਕਿੰਨਾ ਬਣਿਆ ਉਸ ਗੱਲ ਨਹੀਂ ਸਮਝ ਰਿਹਾ ਮੈਂ ਤੁਹਾਡੀ ਗੱਲਾਂ ਵਰਗਾਵਾ ਕਰਦਾ ਸ਼ਿਵ ਜੀ ਕਿ ਅਸ ਲੋਕ ਗਰਾਊਂਡ 'ਚ ਰਹਿੰਦੇ ਹਾਂ ਨਾ ਮੇਰੇ ਕੋਲ ਇੱਕ ਤਾਜ਼ਾ ਕੇਸ ਆਇਆ ਕਿ 2-4 ਦਿਨ ਦਾ ਹੈਗਾ ਕਿ ਉਹ ਬੰਦਾ ਯਾਨੀ ਕਿ ਜਿਹਨੇ 1.5 ਸਾਲ ਪਹਿਲਾਂ ਆਧਾਰ ਸ਼ੀਟਿੰਗ ਦਾ ਹੀ ਗੌਰਮੈਂਟ ਆਖਿਆ ਆਧਾਰ ਸ਼ੀਟਿੰਗ ਬੈਂਕ 'ਚ ਮੋਹਰ ਲਵਾਈ ਦਿਓ ਅਸੀਂ ਦਿੱਤੀਆਂ ਉਹ ਫਾਰਮ ਭਰੀ ਆ ਆਧਾਰ ਨੰਬਰ ਲਾਇਆ ਜੋ ਵੀ ਹੈ ਉਸ ਬੰਦੇ ਨੇ ਉਹ ਆਧਾਰ ਸ਼ੀਟਿੰਗ ਨਹੀਂ ਦਿੱਤੀ ਉਹਦੀ ਉਹਨੇ ਆਪੇ ਡਿਸੇਬਲ ਹੈ ਉਹ ਠੀਕ ਹੈ ਉਹ ਡਿਸੇਬਿਲਟੀ ਹੈ ਉਹਦੀ ਮਗਰ ਉਹਨੇ ਆਪਣੀ ਮਿਸੀ ਦੀ ਪੈਨਸ਼ਨ ਲਵਾਈ ਦੀ ਔਰ ਅੱਜ ਦੀ ਡੇਟ 'ਚ ਉਹਦੀ ਉਮਰ 55 ਸਾਲ ਅਤੇ 9 ਮਹੀਨੇ ਹੋ ਰਹੀ ਹੈ ਅੱਜ ਦੀ ਡੇਟ 'ਚ
और पेंशन ओदी लगी दी 2009-10 दी, दसो कियां लगी। पुरानी सरकार 2014 कोला पहले दे जेड़े पोलीटिकल लीडर राजनीतिक लोग उंदी वजह ने सारे लोगों ते डेवलप बजा करदी अज्ज। सारे दिव्यांग लोग जेड़े रेंगने वाले ने जिन्हें दवाई की भी मुश्किल होवा करती है उनके ढिड्डा लत्त बजा करती उन्हें लोगों की वजह करना। मैं तुहाड़े चैनल के थ्रू सच्चाई पेश करूँ कि उस टाइम असें ये चीज़ा दिखियां कि विधवा जनानी नहीं होंगी हुई सुहागन की लाल दुपट्टा लवाइए बिंदी लवाइए चिट्टा दुपट्टा रखिए शराब से फोटो खिचाइए पेंशन लवाई दी। अच्छा असं कई जगह सुनिया, मेरी खोर मीटिंग ही पिछले महीने तो मैं उत्थे पुछी उड़े कोई तुम्हारी है भाई वो फलाने लाड़ी नहीं आई विडो है, वो विडो कह दी जी वो घर वाला काम करता चंगा भला मगर कागजी नहीं विडो है वो पेंशन लै रही है। जियां मैं तुसें जिक्र किया कि अज की डेट में उसकी 56 साल उम्र हाली हो ही नहीं है, 55 बाद पेंशन लगनी है मगर वो 2009 की पेंशन लै रही किन्ने चिर हुई है जी। मगर 2040 दिखाया तो फिर तो सरकार ने सही किया कि जेडे 420 जो लखा करोड़ रुपए जोड़े इस 46 छोर बाजारी आ गए उन्हें पकड़ने तीन इस कंजा तो जरूरी है। सर मनना मैं जरूरी हाँ मगर साढ़े दिव्यांग लोगों का जियां तुसें सवाल पुट अप किया कि कुछ लोग ऐसे भी हैं जिन्हें फर्जी बनिया दिव्यांगता प्रमाण पत्र बनवाए दिन कि डफा डंब नहीं होंगे उन्हें सर्टिफिकेट बनवाए लेता मिली भगत करना ना। मैं वो पिछली सरकार पर जा करना ना तुहाड़ी गल टकोई ना, मैं पिछली सरकार पर जा करना कि उन्दे सरकार का वेला है क्योंकि मैं खुद 1467 बंदे की लिस्ट एक कांशी की अपने कोल उंदी कैंसल करवाई दी है। वो सिर्फ इ है कि 50 साल 60 साल का बनाई उड़ेगा 45 साल 55 साल की बनाई उड़ी और जी सुहागनी उस विडो बनाई पेंशन लाई उड़ी क्योंकि उस वेला क्यों होंगे कि जेडे पोलीटिकल लीडर है जो सत्ता बच्चे है उनके डॉक्टर लोग भी डरते हैं उनके को शामी बह जाना उनके को जी उन्हें 40-50 फार्म अगर रखी उन्हें लाओ ठप्पे आधार कार्ड नहीं है चलता उल्लै अज की डेट में आधार कार्ड क्या मैं सरकार का इे अपील करा कि एजेंसियां थोड़े को आधार थोड़े क्या लिंक हो जाए सारे डोमिसाइल पर भी लिंक हो बैंक भी लिंक हो सारे लिंक अज के डेट में वोटर कार्ड क्या भी लिंक है वो पर अगर तुम्हें पता लगी भाई इस बंद की एज कि है ठीक है और डिपार्टमेंट सोशल वेलफेयर का वो कार्ड पेगा भी ये बंदा सुशील कुमार ने किन्ना चिर पेंशन लेंदे जी 2007 की लैदा तुम वेरीफाई कर सकते हो बैंक से पता कर सकते हो वो क्या हूँ साढ़े दिव्यांग लोग न उनका UDID बना रहा ना क्योंकि सोशल जस्टिस एंड एम्पावरमेंट के सारे एक राजेश मिश्रा उन्हें आखिया 31 मार्च को पहले पहले तुम ऑनलाइन करवाई लाओ कार्ड बाद बनो कोई टेंशन नहीं ऑनलाइन मूवमेंट हो गए 90% करीब करीब। हूँ कुछ लोग ऐसे भी हैं कि जेडे सिफारशी सर्टिफिकेट बने दें जहाँ तुम्हें जिक्र किया कि कुछ फैमलियां ऐसा जिंद माँ प्यो भी बोले बनी गए जागत भी बोले बनी गए तो पेंशन लवाई लेनी कुन्ने वेरीफिकेशन करना एजेंसियों का काम है या डिपार्टमेंट का काम है अस लोग नहीं करते अस लोग ग्राउंड से फिरने अस अपनी सच्चाई दसा दें इतना तो उ गल आई है ढेले बुद्धि ने टका शेर मनाई मतलब वो अस लोग उनकी वजह ने मरवा करने दिव्यांग लोग उनकी वजह ने मरवा दें क्योंकि UDID साढ़ा गवर्नमेंट ऑफ इंडिया को रिकॉर्ड आई है साड़ी से पेमेंट पाओ साड़ी से पेंशन पाओ ना क्यों साढ़े लोगों की खज्जल खराब करा दी। ये बड़ा बड़ा एक इशू बनी गया कि अगर सरकार ने साड़ी पेंशन बंद करनी है तो एक सीधा फरमान जारी करो एक लैटर कड़ी उन्हें भाई तुम्हारी पेंशन बंद सारी बंद गल खत्म हो जी। सुशील जी जाने वे एक गल आगे कि करना चाहिए सरकार ने अगर 420 बंद करनी ना कि देखो मैं पिछले दिन सुनिया हा कि प्रधानमंत्री किसान योजना के पैसे आते हैं किसान नहीं आते और उन्हें शर्तां रखी दें कुछ मुलाजम नहीं लाई सकता या दूआ त्रीआ जो भी है जेडे इनकम टैक्स देंदे हो मतलब बड़े सारे लोगों जो उन्हें भी फार्म भरे उनके पैसे भी आए और लास्ट टाइम जल्द पेमेंटा बंद हुई मैं भी सुनया कि 16-16 हज़ार 18-18 हज़ार रुपया उनके अकाउंट चा गौरमेंट ने कटी लिया कटोई मैं सरकार LG साहब के अगर भी और मोदी साहब के अगर भी अपील करना क्योंकि ये ड्यूटी है गौरमेंट ऑफ इंडिया का अंडर है कि जिन्हें वेरीफिकेशन करनी उन्हें पेनल्टी पाओ उन्हें जिन्या मैं जिन्हें जिक्र किया 2009 की पेंशन लगी दी है 11-14 साल हो गए 12-12 144-146-172 172,000 रुपया अगला खाई गया इं खाया गौरमेंट का खाता ना क्यों नहीं रिकवरी पाते उन्हें लोगों की वेरीफिकेशन करो ना अपनी एजेंसियां लाओ अज BLO घर घर फिरा सारे हैंडीकैप लोगों ने गरुड़ ऐप उपर ऑनलाइन करा दा वह भी तो गौरमेंट का काम है ना वो गौरमेंट की पता लगा भाई हैंडीकैप है नहीं है कोई लोकोमोटर है कोई मैंटली है कोई हेयरिंग एड का कोई कियां इं उनकी वेरीफिकेशन हो ना क्यों नहीं होंगी है पुत्र नौकरी करा होंगे बुढ़ी बुढ़े ही कुला पाई देंगे वो मकाना पैसे भी खाई देंगे वो पेंशन भी लवाई लेंगे वो क्यों लवाते वो वेरीफिकेशन से सरकार का काम है करना फिर सारे हैंडीकैप लोगों क्यों बच्चे चक्की पीए दिन सारिया पेंशन लागू कर सुशील जी एक जैनून भी होंगे जैनून लोग ने जो बेचारे सच्चे बजुर्ग ओल्ड एज और उनके अज के टाइम पर आधार कार्ड उपर एज पुराने जमाने में सट्टेबल हो जाती है क्योंकि जो आख्या कि मैडिकल बोर्ड में डॉक्टर तो पहचान ही लेंगे कि उम्र 55 साल है जे 60 साल की है या नहीं है
ਉਹ ਲੋਕ ਜਿਹੜੇ ਅੱਜ ਵੀ ਦਰ ਬਦਰ ਵਾਲੇ ਕਿਉਂਕਿ ਉਹਦੀ ਉਹ ਹੈ ਤਾਂ ਜੈਨੂਅਨ ਕੇਸ ਨੂੰ ਉਹਦੀ ਕਿਉਂਕਿ ਉਹਨਾਂ ਨੇ ਏਜ ਅਗਰ ਆਪਣੀ ਠੀਕ ਕਰਾਉਣੀ ਹੋਵੇ ਉਹਨੇ ਏਜ ਪਰੂਫ ਨਹੀਂ ਕਿਉਂਕਿ ਉਸ ਟਾਈਮ ਡੇਟ ਆਫ ਬਰਥ ਸਰਟੀਫਿਕੇਟ ਨਹੀਂ ਹੁੰਦਾ ਬਿਲਕੁਲ ਅਤੇ ਇਸ ਜਿਹੜੇ ਜੈਨੂਅਨ ਲੋਕ ਨੇ ਇਹ ਵੀ ਇਸ ਕੇਸ ਵਿੱਚ ਫਸੋ ਗਏ ਕਿੰਨਾ ਕਰਨਾ ਚਾਹੀਦਾ ਦੇਖੋ ਨਾ ਮੈਂ ਤੁਸੀਂ ਇਹ ਗੱਲ ਆਖੀ ਕਿ ਜਿਹੜੇ ਡਿਜ਼ਰਵ ਕਰਦੇ ਲੋਕ ਨਾ ਉਹੇ ਰਗੜਾ ਖਾ ਲੈਣ ਉਹਦਾ ਕੋਈ ਕੰਮ ਨਹੀਂ ਹੋਦਾ ਜਿਹੜੇ ਬਲੈਕ ਲੋਕ ਨਾ ਜਿਹੜੇ ਬਲੈਕ ਮਨੀ ਇਕੱਠੀ ਕਰਨ ਵਾਲੇ ਜਾਂ ਜਿਹੜੇ ਬਲੈਕ ਲਿਸਟ ਨੇ ਮੈਂ ਬਲੈਕ ਲਿਸਟ ਦਾ ਨਾਂ ਦੇਣ ਕਿਉਂਕਿ ਉਹਨੇ ਸਾਡੇ ਗਰੀਬ ਲੋਕਾਂ ਦੇ ਢਿੱਡਾ ਲੱਤ ਮਾਰੀ ਦੀ ਹੈ ਉਹਨੇ ਭ੍ਰਿਸ਼ਟਾਚਾਰ ਕਰਨਾ ਜਾਂ ਕਰਪਸ਼ਨ ਕਰਨਾ ਕੁਛ ਚਾਲੀ ਉਹਨੇ ਆਪਣੇ ਪੈਨਸ਼ਨਾਂ ਲਵਾਈ ਦੀਆਂ ਆਪਣੇ ਲੋਕਾਂ ਦੇ ਢਿੱਡ ਭਰਾ ਦੇਣ ਸਾਡੇ ਲੋਕਾਂ ਦਾ ਨਹੀਂ ਸੋਚਦੇ ਹਨ ਉਹ ਅੱਜ ਦੀ ਡੇਟ 'ਚ ਕੌਣ ਲੀਡਰ ਬੋਲਾ ਸਾਡੇ ਵਾਸਤੇ ਤੁਹਾਨੂੰ ਦੱਸੋ ਤੋ ਚੈਨਲ ਪਰ ਆਉਂਦੇ ਹੋ ਮੇਰੇ ਕੰਨੇ ਕਿੰਨੇ ਵਾਰ ਆਉਂਦੇ ਹੋ ਕੋਈ ਲੀਡਰ ਦੀ ਆਵਾਜ਼ ਆਈ ਹੈ ਕਿ ਸਾਡੇ ਹੈਂਡੀਕੈਪ ਲੋਕਾਂ ਦਿਵਿਆਂਗ ਲੋਕਾਂ ਦਾ ਹੀ ਇਹ ਹੋਣਾ ਚਾਹੀਦਾ ਇਹ ਪੈਨਸ਼ਨ ਲਾਗੂ ਹੋਣੀ ਚਾਹੀਦੀ ਮੈਂ ਮੋਦੀ ਸਾਹਿਬ ਨਾਲ ਗੱਲ ਕੀਤੀ ਮਨ ਕੀ ਬਾਤ ਵਿੱਚ ਮੇਰਾ ਇੰਟਰਵਿਊ ਹੋਇਆ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਮੈਂ ਉਹਨੇ ਸੁਣਾਇਆ ਕਿ ਮੇਰੇ ਮਨ ਕੀ ਬਾਤ ਵੀ ਸੁਣੋ ਸਾਰੇ ਮਨ ਕੀ ਬਾਤ ਵੀ ਸੁਣੋ ਕਿ ਸਾਰੇ ਲੋਕ ਜਿਹੜੇ 1000 ਰੁਪਏ ਪਰ ਮਨਸਰ ਨੇ ਇੱਕ ਤੁਸੀਂ 1000 ਰੁਪਏ ਦਿੰਦੇ ਹੋ 30-35 ਰੁਪਏ ਰੋਜ਼ ਹੁੰਦੇ ਨੇ ਉਹਦੀ ਕਿਉਂ ਨਹੀਂ ਸੁਣਵਾਈ ਹੋ ਆਦੀ ਜਿਹੜੇ ਗਲਤ ਕੰਮ ਕਰੀਏ ਪੈਨਸ਼ਨ ਲਵਾ ਜੇ ਉਹਦੀ ਕਿਉਂ ਨਹੀਂ ਵੈਰੀਫਿਕੇਸ਼ਨ ਹੋ ਆਦੀ ਹੈ ਤੁਹਾਡੇ ਕੋਲ ਪੂਰਾ ਰਿਕਾਰਡ ਹੈ ਤੁਸੀਂ ਆਧਾਰ ਕਾਰਡ ਬੜਾ ਸਭ ਕੁਝ ਦਿਖ ਸਕਦੇ ਹੋ ਭਾਈ ਇਹਦੇ ਅਕਾਊਂਟ 'ਚ ਕਿੰਨੇ ਪੈਸੇ ਨੇ ਇਹਦਾ ਪੁੱਤਰ ਕੀ ਕਰਦਾ ਇਹਦੀ ਨੂੰਹ ਕੀ ਕਰਦੀ ਪੂਰਾ ਰਿਕਾਰਡ ਹੁੰਦਾ ਗਵਰਨਮੈਂਟ ਕੋਲ ਕਿਉਂ ਨਹੀਂ ਦਿਖਦੀ ਉਹ ਹੈ ਕਿਉਂ ਸਾਡੇ ਡਿਸੇਬਲ ਲੋਕ ਇੱਕ ਨਾਂ ਦੇ ਉੜਿਆ ਮੋਦੀ ਸਾਹਿਬ ਨੇ ਵੀ ਵਿਕਲਾਂਗੇ ਦਿਵਿਆਂਗ ਬਣਾ ਉੜੇ ਮਗਰ ਦਿਵਿਆਂਗ ਹੈ ਕੁੱਥੇ ਨੇ ਉਹ ਵਿਕਲਾਂਗੇ ਉਹਨਾਂ ਭੈੜੇ ਹੋਈ ਕਿਸੇ ਨੇ ਇਸ ਪੋਜੀਸ਼ਨ 'ਚ ਮੈਂ ਇੱਕ ਇਹ ਵੀ ਚਾਹੁੰਦਾ ਕਿ ਤੁਹਾਡਾ ਇਹ ਮੈਸੇਜ ਰਹੂਗਾ ਕਿ ਜਿਹੜੇ ਲੋਕ ਸੱਚੇ ਕਿ 1000 ਰੁਪਏ ਦਾ ਇੰਨਾ ਜਲੀਲ ਕੰਮ ਕਰਦੇ ਨੇ ਵਿਧਵਾ ਬਣੀ ਜਾਣਾ ਜਾਂ ਇਹਨਾਂ ਝੂਠੇ ਡਾਕੂਮੈਂਟ ਤਿਆਰ ਕਰਨ ਜਾਂ ਹੈਂਡੀਕੈਪਡ ਹੈ ਨਹੀਂ ਹਨ ਅਤੇ ਹੈਂਡੀਕੈਪਡ ਬਣੀ ਜਾਣਾ ਉਹਦੇ ਤਾਂ ਇੱਕ ਇਹ ਮੈਸੇਜ ਰਹੂ ਕਿਉਂਕਿ ਦੇਸ਼ ਉਲਦਾ ਅੱਗੇ ਨਹੀਂ ਵੱਧਦਾ ਜਿਲ ਤੱਕ ਦੇਸ਼ ਵਾਸੀ ਆਪੋ ਨਹੀਂ ਸੋਚਣ ਦੇਖੋ ਨਾ ਇੱਕ ਚਸਕਾ ਹੁੰਦਾ ਹੈ ਬਾਬਾ ਜੀ ਜਿਸੀ ਫਰੀ ਦੇ ਲੱਭਾ ਜੀ ਹੋਵੇ ਨਾ ਉਹ ਕੰਮ ਕਰੇ ਰਾਜ ਨਹੀਂ ਹੁੰਦਾ ਇਹਨੇ ਲੋਕਾਂ 'ਚ ਚਸਕਾ ਪੇਦਾ ਔਰ ਪਾਏ ਦਾ ਕੋਣ ਪੋਲੀਟੀਕਲ ਲੋਕਾਂ ਕੀ ਕੋਣ ਆਪਣੀ ਵੋਟ ਦੀ ਰਾਜਨੀਤੀ ਖੇਡੀ ਦੀ ਕੋਈ ਗੱਲ ਨਹੀਂ ਚਾਰ ਬੰਦੇ ਹੋਣਾ ਮੈਂ ਹੁਣ ਡਾਕਟਰ ਫੋਨ ਕਰਨਾ ਹੋਣਾ ਤੁਹਾਨੂੰ ਸਰਟੀਫਿਕੇਟ ਬਣੀ ਦੇ ਪੈਨਸ਼ਨ ਲੱਗੀ ਕੋਈ 40 ਸਾਲ ਦੀ 45 ਸਾਲ ਦੀ ਹੋ ਉਸੀ 55 ਸਾਲ ਦੀ ਬਣਾ ਉੜਿਆ ਕੋਈ ਸੁਹਾਗਣ ਹੋ ਉਸੀ ਵਿਡੋ ਬਣਾ ਉੜਿਆ ਪੈਨਸ਼ਨਾਂ ਲਵਾਈ ਲੈਣੀਆਂ ਹੁਣ ਉਹ ਵੋਟਾਂ ਦੀ ਰਾਜਨੀਤੀ ਖੇਡੀ ਦੀ ਉਹਨੇ ਅੱਜ ਦੀ ਡੇਟ ਵਿੱਚ ਖਮਿਆਜਾ ਜਿਹੜਾ ਅਸ ਭੁਗਤਾ ਦਿਆਂ ਸਾਡੀ ਹਲਿਆ ਹੋਣੇ ਵਾਲੀ ਸਰਕਾਰ ਭੁਗਤਾ ਦੀ ਹੈ ਜਾਂ ਜਿਹੜੀ ਐਲਜੀ ਗੌਰਮੈਂਟ ਉਹ ਭੁਗਤਾ ਦੀ ਹੈ ਉਹ ਵੀ ਪਰੇਸ਼ਾਨ ਨੇ ਤੁਸੀਂ ਮਤ ਸੋਚੋ ਕਿ ਹਮ ਅਸ ਪਰੇਸ਼ਾਨ ਆ ਸਾਡਾ ਡਿਪਾਰਟਮੈਂਟ ਪਰੇਸ਼ਾਨ ਹੈ ਡਾਇਰੈਕਟਰ ਤੱਕਰ ਹੱਥ ਖੜੇ ਕਰੀ ਗਏ ਦਿਨ ਸਮਾਜ ਕਲਿਆਣ ਵਿਭਾਗ ਦਾ ਡਾਇਰੈਕਟਰ ਤੱਕ ਹੱਥ ਖੜੇ ਕਰੀ ਗਏ ਕਿ ਅਸ ਕੱਖ ਨਹੀਂ ਕਰ ਸਕਦੇ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਇੱਕ ਲਾਸਟ ਕੁਐਸਚਨ ਰਹੋ ਤੁਹਾਡੇ ਕੰਨੇ ਜਿਵੇਂ ਕਿ ਓਲਡ ਏਜ ਤਾਂ ਠੀਕ ਹੈ ਵਿਧਵਾ ਤਾਂ ਠੀਕ ਹੈ ਦਿਵਿਆਂਗ ਤੁਸੀਂ ਦਿਵਿਆਂਗ ਸੰਸਥਾ ਚੇਅਰਮੈਨ ਹੋ ਦਿਵਿਆਂਗ ਬੰਦੇ ਕੀ ਐਫੀਡੈਵਿਟ ਬਣਾਉਣ 'ਤੇ ਸੈਲਫ ਜਾਣਾ ਪਊਗਾ ਕਈ ਐਸੇ ਵੀ ਹਨ ਜਿਹੜੇ ਚੱਲ ਹੀ ਨਹੀਂ ਸਕਦੇ ਔਰ ਉਹਨੇ ਗੱਡੀ ਕਰੀਏ ਲਿਆਉਣਾ ਪਾਉਂਦਾ ਜਿਵੇਂ ਪਹਿਲੇ ਸੁਣਾਇਆ 1000 ਰੁਪਏ ਪੈਨਸ਼ਨ ਤਾਂ ਅੱਜ ਲੜਾ ਦੇਣ ਇੱਕ ਝੂਠੀ ਆਈਡੀ ਕਾਰਡ ਜਿਹੜਾ ਲੋਕ ਆਨਲਾਈਨ ਅਪਲਾਈ ਕਰਦੇ ਨੇ ਉਹਦੇ ਟਾਈਮ ਵੀ ਦੱਸਾ ਦੇਣ ਕਿ ਬਾਈ CMO ਦਫ਼ਤਰ ਜਾਣਾ ਪਊਗਾ ਉਹ ਗੱਲ ਦੀ ਸਮਝ ਨਹੀਂ ਆਈ ਦੇਖੋ ਮੈਂ ਤੁਹਾਡੇ ਚੈਨਲ ਵੀ ਇੱਕ ਵਾਰੀ ਪਹਿਲੇ ਵੀ ਆਖੀ ਇਹ ਗੱਲ ਕਿ ਮੈਂ ਡਾਇਰੈਕਟਰ ਹੈਲਥ ਦੀ ਅਪੀਲ ਕੀਤੀ ਸੀ ਔਰ ਜਿਹੜੇ ਕਮਿਸ਼ਨ ਸੈਕਟਰੀ ਹੈਲਥ ਦੇ ਨੇ ਉਹਦੇ ਅੱਗੇ ਅਪੀਲ ਕੀਤੀ ਸੀ ਕਿ ਜਿਹੜਾ ਇਹ ਤੁਸੀਂ ਇੱਕ ਜਿਹੜਾ ਆਪਣੀ ਐਪ ਜਾਂ ਸਾਈਟ ਬਣਾਈ ਦੇ ਕੋਈ ਉਹ ਸਿਰਫ CMO ਆਫਿਸ ਤੱਕ ਸੀਮਿਤ ਨਹੀਂ ਰੱਖੋ ਹੈ ਬਾਹਰ ਨਹੀਂ ਦਿਓ ਐਨੀ ਅਦਰ ਦੁਕਾਨਦਾਰੀ ਸਾਈਬਰ ਕੈਫੇ ਲਈ ਨਹੀਂ ਦਿਓ ਹੈ ਤੁਸ ਮਗਰ ਡਿਪਾਰਟਮੈਂਟ ਕੀ ਦਿਓ ਨਾ ਸਬ ਡਿਵੀਜ਼ਨ ਡਿਪਾਰਟਮੈਂਟ ਜਿਹੜੇ ਹਸਪਤਾਲ ਬਣੇ SDH ਬਣੇ ਆ ਖਨੂਰ ਹੈ ਚੌਕੀ ਚੋਰਾ ਖੋੜ ਹੈ RS ਪੂਰਾ ਬਿਸਨਾ ਨਗਰੋਟਾ ਯਾਨੀ ਕਿ ਇੱਕ CMO ਹੈ ਔਰ 11 ਕੰਸਟੀਚੁਐਂਸੀਆਂ ਲੋਕ ਉੱਥੇ ਆਉਂਦੇ ਨੇ ਅਗਰ ਉਹ 11 ਕੰਸਟੀਚੁਐਂਸੀਆਂ SDH ਨਹੀਂ ਹਨ ਸਬ ਡਿਸਟ੍ਰਿਕਟ ਹਸਪਤਾਲ ਹੈ ਨਾ ਸਾਰੇ ਉੱਥੇ ਦੇ ਦਿਓ ਨਾ ਲਿੰਕ ਦੋਸ ਉੱਥੋਂ ਲੋਕ ਉੱਥੋਂ UDID ਆਨਲਾਈਨ ਕਰਵਾਉਣ ਅਤੇ ਕਾਰਡ ਬਣਵਾਈਏ ਤਾਂ ਆਪਣਾ ਉਹ ਅੱਗੇ ਦੇਵ ਡਿਪਾਰਟਮੈਂਟ ਕੀ ਜਾਂ BLO ਜਿਸ ਵੀ ਦੇਣਾ ਉਹ ਚੀਜ਼ ਕੀ ਵੀ ਦਰਕਨਾਰ ਕਰਦੇ ਡਿਪਾਰਟਮੈਂਟ ਕਿ ਇਹ ਚੀਜ਼ ਬਾਹਰ ਨਹੀਂ ਦੇਣੀ ਕਿਉਂ ਦੇਣੀ ਅੱਜ ਦੀ ਡੇਟ ਵਿੱਚ CMO ਆਫਿਸ ਜਾਓ ਤਾਂ ਲੈਣ ਲੱਗੀ ਦੀ ਹੈ ਕਾਗਜ਼ ਰੱਖ ਲੈਂਦੇ ਪਰਸੋਂ ਆਵੇ ਜੀ ਅਗਲੇ ਦਿਨ ਜਾਗਿਓ ਮਾਰੇ 4 ਦਿਨ ਬਾਅਦ ਆਓ ਜੀ ਸਾਈਡ ਡਾਊਨ ਚਲਾਈ ਕਿਉਂਕਿ ਇੱਕੋ ਸਾਈਡ ਚਲਾਈ ਤੇ ਉਹ ਡਾਊਨ 'ਤੇ ਹੋਣੀ ਹੈ ਇਹ ਗੱਲ ਮੇਰੀ ਚੁੱਕ ਚੋਰਾ BMO ਕਰਨਾ ਹੋਈ BMO ਨੇ ਆਖਿਆ ਕਿ ਅੱਜ ਲਿਖੇ ਭੇਜ ਕੇ ਲੈਟਰ ਇੱਥੋਂ ਦੇ BMO ਕਰਨੇ ਵੀ ਗੱਲ ਹੋਈ ਜੀ ਉਹ ਆਹ ਲਿਖੇ ਮਗਰ ਉਹ ਚੀਜ਼ ਹੈ ਨਾ ਕਿ ਕੰਨਾਂ ਵੱਲ ਜੂ ਨਹੀਂ ਦੇਖਦੀ ਸਾਰੇ ਲੋਕ ਪਰੇਸ਼ਾਨ ਹੁੰਦੇ ਹੋਣ ਲੋਕ ਖੱਜਲ ਹੋਦੇ ਨੇ ਲੋਕਾਂ ਦੇ ਐਕਸੀਡੈਂਟ ਹੋਦੇ ਨੇ ਕੋਈ ਐਫੀਡੈਵਿਟ ਬਣਾਉਣ ਜ਼ਿਆਦਾ ਐਕਸੀਡੈਂਟ ਹੋਇਆ ਤਾਂ ਮਰਾਦਾ ਕੋਈ ਬੈਂਕ 'ਚ ਜ਼ਿਆਦਾ ਦਾਲ ਸ਼ੀਟਿੰਗ ਕਰਾਉਣ ਮਰਾਦਾ ਕੋਈ ਲਾਈਨ 'ਚ ਲੱਗੇ ਤਾਂ ਮਰਾਦਾ ਤੁਸੀਂ ਸੁਣਿਆ ਕਿ ਸਾਰਾ ਕੁਝ ਉਹਨੇ ਕੋਈ ਲੈਣਾ ਦੇਣਾ ਨਹੀਂ ਹੈ ਉਹਦਾ ਇਹ ਕੰਮ ਹੈ ਆਪਣਾ ਕੰਮ ਬਣਤਾ ਬਾਅਦ ਮੇਂ ਜਾਇਆ ਜਾਂਦਾ ਉਹਨੇ ਸਾਈਡ ਖੋਲੀ ਉੜੀ 12 ਜਨਵਰੀ ਦੇ ਬਾਅਦ ਸਾਈਡ ਕੇ ਬੰਦ ਹੈ ਇੱਕ ਮੇਰੇ ਕੋਲ ਆਰਡਰ ਆਇਆ ਹੈ ਸਮਾਜ ਕਲਿਆਣ ਵਿਭਾਗ ਦਾ ਉਹਦੇ ਲਿਖੇਦਾ ਕਿ ਪਹਿਲਾ ਨੰਬਰ ਲਿਖਦਾ ਉਹਨੇ ਲਾਡਲੀ ਬੇਟੀ ਦੇ ਫਾਰਮ ਜਿਹੜੇ ਲੱਗਣੇ ਨੇ ਉਹ 1 ਮਹੀਨੇ ਦੇ ਅੰਦਰ ਪੇਮੈਂਟ ਪਾਉਣਾ ਸ਼ੁਰੂ ਹੋਣੀ ਮੇਰੇ ਖਿਆਲ ਸਾਲ ਹੋ ਗਿਆ ਲੋਕੇ ਲਾਡਲੀ ਬੇਟੀ ਫਾਰਮ ਆਨਲਾਈਨ 3 ਸਾਲ 2-2 ਸਾਲ 3 ਸਾਲ ਵਾਪਸ ਕਰੀ ਦੇ ਫਾਰਮ ਫੇਰ ਅੱਗੇ ਕਿਤੇ ਫੇਰ ਬਾਅਦ ਫੇਰ ਹੋਏ ਮਗਰ ਨਹੀਂ ਇਨਕਮ ਸਰਟੀਫਿਕੇਟ 6-6 ਮਹੀਨੇ ਬਾਅਦ ਦੁਬਾਰਾ ਉਹਦੇ ਕੰਨੇ ਉਹਨੇ ਲਿਖੇਦਾ ਕਿ ਜਿਹੜੀ ਮੈਰੀ ਅਸਿਸਟੈਂਟ ਹੁੰਦਾ ਬੱਚੀ ਦਾ ਵਿਆਹ ਹੁੰਦਾ ਕੋਈ ਗਰੀਬ ਬੱਚੀ ਦਾ ਉਹਦਾ 1 ਮਹੀਨੇ 'ਚ ਪੇਮੈਂਟ ਪਊ ਮੇਰੇ ਖਿਆਲ 'ਚ ਉਹ ਵੀ ਕੋਈ ਨਹੀਂ ਪਵਾ ਜੀ ਸਾਰੇ ਸਪੈਸ਼ਲ ਏਵਲਡ ਵਾਸਤੇ
दिक्खो अगर तुसें इक साइड बनाई दी है ते उसी एक्टिव की नहीं रखदे, हर त्री दिन बंद, क्यों लोकें गी परेशानी पाए दा? 12 जनवरी दे बाद कोई कम नहीं होआ दा सारे डिपार्टमेंट च, इत्थों एक्सेप्ट होई जांदा फार्म अगे बंद, उन्हें दिखना। इस गल्ला मेरी तुहाड़े चैनल दे थ्रू एक बारी फिर अपील है अपनी कमीशन सैकटरी कन्नै, अपने LG साहब कन्नै, चीफ सैकटरी कन्नै और मोदी साहब कन्नै खासकर हत्थ बन्नियै कि सर साढ़े गरीबें दे बारे सोचो, अगे इलैक्शन आने वाली है, तुसें गी नुकसान हो सकदा इस गल्ल दा। सुशील शर्मा है दिव्यांग संस्था के चेयरमैन और एक गल अज आ दी है, मते सारे गै लोग जेड़े इस गल परेशान, क्योंकि अगर मेडिकल बोर्ड कुछ की एज प्रूफ दे दा, एक डॉक्टर जड़ा है टेस्ट करिए एज प्रूफ दे दा, उसके बाद उसी फिर जाइए एक एफिडेविट बनवाना पौंदा, उत्थे 250 रुपया खर्चा। और सब तो बड़ी गल यह है कि ये जेड़ा भी काम होया है, जो भी कार्रवाई की है तां की गई ही कि चोर बजारी जी खत्म हुई है, जिन्हें लोगों जिन्हें ने सुनाया कि जेड़े पोलीटिकल लीडर के दबाव बचाई है, जियां भी सिफारशी कराई है लोग पेंशन लवाई दी ही, वह पेंशन जी जैनुअन पेंशन उगा रोन, तो बाकी जी पेंशन वो बंद हुई है। मगर सरकार अगे साढ़े LG साहब अगे और साढ़े जेडे मौजूदा प्रशासन के लोग बैठे न उत्ते अगे एको क्वेश्चन आता है कि क्या वो जेडे जैनुअन केस न उन्हें छोड़िए जेडे बाकी केस की पकड़ने तीन वो के करा रहे हैं। तो जुड़ो रहो जम्मू परिवर्तन, कैमरा भवि शर्मा ने शिव विरागी, जय हिंद जय भारत।